ਪਤਾ ਨਹੀਂ ਬਾਬਾ ਅੱਜ ਕਿਹੜੀ ਮਾਰ ਤੇ ਬੈਠਾ ਸੀ ਕੁੱਲੀ ਅੰਦਰ ਪਿਆ ਗੇਬਾ ਸੋਚ ਰਿਹਾ ਸੀ ਸਾਰੀ ਰਾਤ ਉਹਨੂੰ ਨੀਂਦ ਨਹੀਂ ਸੀ ਆਈ ਉਹਦੇ ਅੰਦਰ ਇੱਕ ਨਿਰੰਤਰ ਘੋਲ ਚੱਲਦਾ ਰਿਹਾ ਸੀ ਮਕਾਨ ਵੇੜੇ ਵਿੱਚ ਦਗ ਰਹੀ ਧੂਣੀ ਵਾਂਗ ਤਪੀ ਜਾਂਦਾ ਸੀ ਤੇ ਵਾੜ ਵਿੱਚੋਂ ਧੂਆਂ ਅਸਮਾਨ ਵੱਲ ਉੱਠਦਾ ਰਿਹਾ ਸੀ ਕੁਝ ਚਿਰ ਲਈ ਤਾਂ ਜਿਵੇਂ ਸਭ ਕੁਝ ਧੂਏ ਵਿੱਚ ਗਲੇਫਿਆ ਗਿਆ ਸੀ ਖੇਤ ਅਸਮਾਨ ਸ਼ਹਿਰ ਤੇ ਸੰਸਦ ਭਵਨ ਵੀ ਸੰਸਦ ਭਵਨ ਜਿਸ ਨੂੰ ਕੱਲ ਘਰ ਮੁੜਨ ਲੱਗੇ ਉਹ ਅਲਵਿਦਾ ਕਹਿ ਆਏ ਸਨ ਧੂਏ ਭਰੇ ਵਾਤਾਵਰਨ ਵਿੱਚ ਉਹਨੂੰ ਇਉਂ ਲੱਗੀ ਜਾਵੇ ਜਿਵੇਂ ਕੋਈ ਆਫਰੀ ਹੋਈ ਸਰਾਲ ਚਫਾਲ ਪਈ ਹੂੰਗ ਰਹੀ ਹੋਵੇ ਇੱਕ ਵੇਰਾ ਉਹਦੇ ਬਾਬੇ ਨੇ ਦੱਸਿਆ ਸੀ ਕਿ ਸਰਾਲ ਆਦਮੀ ਦਾ ਸਾਹ ਪੀ ਜਾਂਦੀ ਹੈ ਕੋੜ ਮਗਜ਼ ਤੇ ਅਵੇਸਲੇ ਆਦਮੀ ਅਕਸਰ ਉਹਦਾ ਸ਼ਿਕਾਰ ਬਣ ਜਾਂਦੇ ਨੇ ਇਹ ਵੀ ਕਿ ਉਹ ਇੱਕ ਦੋ ਸੱਟਾਂ ਨਾਲ ਮਰਦੀ ਨਹੀਂ ਸਰਾਲ ਮਾਰਨ ਲਈ ਤਾਂ ਉਹਨੂੰ ਲਗਾਤਾਰ ਕੁੱਟਣਾ ਪੈਂਦਾ ਹੈ ਨਹੀਂ ਤਾਂ ਉਹ ਫੇਰ ਸਰਕਣ ਲੱਗਦੀ ਹੈ ਮੱਠੀ ਮੱਠੀ ਤੋਰ ਤੇ ਇਸ ਖੜੋਤ ਵਰਗੀ ਮੱਠੀ ਤੋਰ ਤੋਂ ਚਿੜ ਜਹੀ ਆਉਣ ਲੱਗਦੀ ਹੈ ਜ਼ਿੰਦਗੀ ਤਾਂ ਤੇਜ਼ ਪਰਮੀ ਪਲਾਂਗ ਦਾ ਨਾਂ ਹੈ ਜੋ ਸਦਾ ਦੋ ਕਦਮ ਅਗੇਰੇ ਹੁੰਦੀ ਹੈ ਰਾਤੀ ਜਸ਼ਨ ਦੌਰਾਨ ਵੀ ਬਾਬੇ ਨੇ ਇਹੋ ਜਿਹੀਆਂ ਗੱਲਾਂ ਹੀ ਕੀਤੀਆਂ ਸਨ ਨਿੱਕੇ ਨਿੱਕੇ ਸੰਕੇਤਾਂ ਵਿੱਚ ਜਿਵੇਂ ਉਂਗਲੀ ਦੇ ਇੱਕੋ ਇਸ਼ਾਰੇ ਨਾਲ ਚਰਾੰਦ ਦੇ ਵੱਲ ਦਾ ਰਸਤੇ ਦਾ ਭੇਤ ਦੱਸ ਦਈਦਾ ਹੈ ਗੇਬੇ ਦੇ ਸਾਥੀ ਸੁਣਦੇ ਰਹੇ ਸਨ ਤੇ ਹੱਸਦੇ ਰਹੇ ਸਨ ਸ਼ਾਇਦ ਬਹੁਤੀਆਂ ਗੱਲਾਂ ਦੀ ਉਹਨਾਂ ਨੂੰ ਸਮਝ ਨਹੀਂ ਸੀ ਆਈ ਭਾਵੇਂ ਉਹ ਗੇਬੇ ਜਿ ਨਹੀਂ ਪੜੇ ਹੋਏ ਸਨ ਰੋਜ਼ ਕਿਤਾਬਾਂ ਪੜ੍ਹਦੇ ਸਨ ਪਰ ਕਿਤਾਬਾਂ ਜੀਵਨ ਬਾਰੇ ਤਾਂ ਬੜਾ ਕੁਝ ਦੱਸਦੀਆਂ ਹਨ ਪਰ ਆਪ ਜੀਵਨ ਨਹੀਂ ਹੁੰਦੀਆਂ ਜਿਵੇਂ ਚਰਾੰਦ ਦਾ ਭੇਤ ਉਸ ਵਿੱਚ ਰਹਿ ਕੇ ਹੀ ਪਤਾ ਲੱਗਦਾ ਹੈ ਸਮੁੱਚੀ ਗਾ ਕੇ ਉਹਦੇ ਸਾਥੀ ਆਉਣਗੇ ਤਾਂ ਇਹ ਗੱਲ ਉਹ ਉਹਨਾਂ ਨੂੰ ਜ਼ਰੂਰ ਦੱਸੇਗਾ ਵਿਖੜੇ ਰਾਹ ਤੇ ਉਹਨਾਂ ਨਾਲ ਤੁਰੇਗਾ ਕਿਉਂਕਿ ਉਹ ਕਾਮਾ ਹੈ ਕੋਈ ਰਾਜਕੁਮਾਰ ਨਹੀਂ ਜਿਹਦੇ ਸਾਹਮਣੇ ਭਵਿੱਖ ਕਾਲੀਨ ਵਾਂਗ ਵਿਛਿਆ ਪਿਆ ਹੋਵੇ ਉਹਦੀ ਸੋਚ ਨੇ ਪਾਸਾ ਪਰਤਿਆ ਸੂਰਜ ਦੀਆਂ ਕਿਰਨਾਂ ਨੇ ਛੱਪਰ ਵਿੱਚੋਂ ਦੀ ਕੁੱਲੀ ਅੰਦਰ ਝਾਕਣਾ ਸ਼ੁਰੂ ਕਰ ਦਿੱਤਾ ਸੀ ਖੂੰਜੇ ਵਿੱਚ ਪਈ ਸੰਮਾ ਵਾਲੀ ਡਾਂਗ ਨੂੰ ਜਿਵੇਂ ਸਵੇਰ ਦੀ ਸੂਹੀ ਧੁੱਪ ਛੇੜ ਕੇ ਜਗਾ ਰਹੀ ਸੀ ਕਿੰਨੇ ਹੀ ਰੰਗ ਉਸ ਦਿਵਾਲੇ ਖੇਡ ਰਹੇ ਸਨ ਉਹਨੇ ਕੁੱਲੀ ਅੰਦਰ ਪਏ ਨਹੀਂ ਅੰਗੜਾਈ ਲਈ ਤੇ ਲੜਾਈ ਬਾਰੇ ਸੋਚਣ ਲੱਗਾ ਲੜਾਈ ਜੋ ਉਹਦੇ ਵਡਾਰੂ ਲੜਦੇ ਰਹੇ ਸਨ ਫਿਰ ਉਹਦਾ ਬਾਬਾ ਬਾਪ ਤੇ ਹੁਣ ਉਹ ਆਪ ਉਹ ਲੜ ਰਿਹਾ ਹੈ ਤੇ ਲੜਦਾ ਰਹੇਗਾ ਸਾਰੇ ਮੁਹਾਜ਼ਾਂ ਤੇ ਲੜਦਾ ਰਹੇਗਾ ਪਰ ਇਹ ਲੜਾਈ ਕਦੋਂ ਤੱਕ ਲੜਨੀ ਪਵੇਗੀ ਕਦੋਂ ਤੱਕ ਇੱਥੇ ਆ ਕੇ ਉਹ ਥੋੜਾ ਰੁਕਿਆ ਸੋਚਦਾ ਰਿਹਾ ਕਦੋਂ ਤੱਕ ਫੇਰ ਉਹਦੀ ਸੋਚ ਵਿੱਚੋਂ ਇੱਕ ਚਿਹਰਾ ਉਭਰਿਆ ਇੱਕ ਸ਼ਾਇਰ ਦਾ ਚਿਹਰਾ ਜਿਨੇ ਕਦੀ ਲਿਖਿਆ ਸੀ ਮੇਰੇ ਮੁਲਕ ਮੇ ਤੀਨ ਆਦਮੀ ਹੈ ਇੱਕ ਬੋਤਾ ਹੈ ਦੂਸਰਾ ਪਕਾਤਾ ਹੈ ਤੀਸਰਾ ਖਾਤਾ ਹੈ ਮੈਂ ਪੁੱਛਦਾ ਹਾਂ ਤੀਸਰਾ ਆਦਮੀ ਕੌਣ ਹੈ ਮੇਰੇ ਦੇਸ਼ ਦੀ ਸੰਸਦ ਮੌਨ ਹੈ ਲੜਾਈ ਜਾਰੀ ਰਹੇਗੀ ਉਦੋਂ ਤੱਕ ਜਦ ਤਾਈਂ ਇਹ ਤੀਸਰਾ ਆਦਮੀ ਜਿਉਂਦਾ ਹੈ ਜਾਂ ਜਦ ਤੱਕ ਇਸ ਨੂੰ ਬੀਜਣ ਤੇ ਪਕਾਉਣ ਨਹੀਂ ਲਾਇਆ ਜਾਂਦਾ ਪਰ ਤੀਸਰਾ ਆਦਮੀ ਹੀ ਕਿਉਂ ਸਗੋਂ ਤੀਜਾ ਮੁਲਕ ਤੇ ਤੀਜਾ ਮਹਾਦੀਪ ਵੀ ਉਹਨੇ ਸ਼ਾਇਰ ਦੀ ਤੁਕਾਂ ਦਾ ਅਰਥ ਹੋਰ ਵੀ ਵਿਸ਼ਾਲ ਕਰਕੇ ਸੋਚਿਆ ਹਾਂ ਲੜਾਈ ਜਾਰੀ ਹੈ ਤੇ ਜਾਰੀ ਰਹੇਗੀ ਉਹਦੀਆਂ ਨਜ਼ਰਾਂ ਵਿੱਚ ਸ਼ਾਇਰ ਹੋਰ ਵੀ ਉੱਚਾ ਹੋ ਗਿਆ ਸੀ ਛੱਪਰ ਵਿੱਚੋਂ ਝਰ ਰਹੀ ਧੁੱਪ ਦੀ ਇੱਕ ਕਾਤਰ ਉਹਦੇ ਮੂੰਹ ਤੇ ਆਣ ਵੱਜੀ ਉਹਦਾ ਚਿਹਰਾ ਦਗ ਦੇ ਅੰਗਿਆਰ ਵਾਂਗ ਭਗ ਉੱਠਿਆ ਜਿਵੇਂ ਅੰਗਿਆਰ ਦਾ ਫੁੱਲ ਖਿੜ ਪਿਆ ਹੋਵੇ ਦਿਨ ਪੂਰੇ ਨਿਖਾਰ ਵਿੱਚ ਚੜਿਆ ਸੀ ਚਿੜੀਆਂ ਚਹਿਕ ਰਹੀਆਂ ਸਨ ਰੁਮਕ ਦੀ ਹਵਾ ਵਿੱਚ ਦੂਰ ਕਿਤੋਂ ਆਜੜੀਆਂ ਦੇ ਗੀਤਾਂ ਅਤੇ ਨਗੋਜ਼ਿਆਂ ਦੀ ਰਲਵੀ ਮਿਲਵੀ ਆਵਾਜ਼ ਸੁਣਾਈ ਦੇ ਰਹੀ ਸੀ ਉਹ ਅੰਦਰ ਪਿਆ ਲੰਬੇ ਲੰਬੇ ਗੀਤਾਂ ਦੀਆਂ ਹੇਕਾਂ ਸੁਣਦਾ ਰਿਹਾ ਨਗੋਜ਼ਿਆਂ ਦੀਆਂ ਧੁਨਾ ਮਾਣਦਾ ਰਿਹਾ ਆਜੜੀਆਂ ਦੇ ਗੀਤਾਂ ਨੇ ਜਿਵੇਂ ਉਹਦੇ ਉੱਤੇ ਕੋਈ ਜਾਦੂ ਧੋੜ ਦਿੱਤਾ ਹੋਵੇ ਗਾਉਣ ਵਾਲੇ ਲੋਕ ਉਹਦੇ ਚਾਚੇ ਤਾਏ ਸਨ ਕਬੀਲੇ ਦੇ ਹੋਰ ਗੱਭਰੂ ਮੁਟਿਆਰਾਂ ਸਨ ਜੋ ਪੋ ਫੁੱਟਣ ਤੋਂ ਪਹਿਲਾਂ ਆਪਣੇ ਇੰਜੜ ਚਰਾਂਦਾ ਵੱਲ ਲੈ ਗਏ ਸਨ ਉਹ ਉਹਦਾ ਬਾਬਾ ਤੇ ਕੁਝ ਹੋਰ ਬੁੱਢੇ ਬੁੱਢੀਆਂ ਕੁਲੀਆਂ ਵਿੱਚ ਰਹਿ ਗਏ ਸਨ ਪਰ ਪਤਾ ਨਹੀਂ ਬਾਬਾ ਅੱਜ ਕਿਹੜੀ ਮਾਰ ਤੇ ਬੈਠਾ ਸੀ ਸੂਰਜ ਚੜ੍ਹਦੇ ਨਾਲ ਵੇੜੇ ਵਿੱਚ ਅਲਾਣੀ ਮੰਜੀ ਢਾ ਕੇ ਬੈਠਾ ਉਹ ਆਪਣੀ ਹੁੱਕੀ ਪੀਣ ਲੱਗਾ ਸੀ ਪੈਰਾਂ ਭਾਰ ਨਿੱਠ ਕੇ ਬੈਠਾ ਉਹ ਆਪਣੇ ਗੋਡਿਆਂ ਉੱਤੇ ਹੁੱਕੀ ਧਰੀ ਭਰਵੇਂ ਕਸ਼ ਖਿੱਚ ਰਿਹਾ ਸੀ ਜਿਵੇਂ ਕੋਈ ਮਹਿਮ ਸਰ ਕਰੀ ਬੈਠਾ ਹੋਵੇ ਜਾਂ ਫਿਰ ਕਿਸੇ ਅਗਲੇ ਮੋਰਚੇ ਲਈ ਤਿਆਰ ਹੋ ਰਿਹਾ ਹੋਵੇ ਇੱਕ ਚੇਤਨ ਤੇ ਨਿਡਰ ਮਨੁੱਖ ਵਾਂਗ ਜਿਹਨੂੰ ਲੜਾਈ ਵਿੱਚ ਕੇਵਲ ਕੁੱਦਣਾ ਹੀ ਨਹੀਂ ਸਗੋਂ ਉਹ ਸਾਰੇ ਦਾਉ ਪੇਚ ਵੀ ਆਉਂਦੇ ਹੋਣ ਜਿਨ੍ਹਾਂ ਸਦਕਾ ਦੁਸ਼ਮਣ ਤੇ ਫਤਿਹ ਪਾਈ ਦੀ ਹੈ ਤੇ ਫਿਰ ਜਿੱਤ ਦੇ ਬਿਗਲਾਂ ਦੀ ਆਵਾਜ਼ ਵਿੱਚ ਮਨਾਏ ਜਾ ਰਹੇ ਜਸ਼ਨ ਦੌਰਾਨ ਵੀ ਅਗਲੇ ਮੋਰਚੇ ਦੀ ਸੂ ਰੱਖੀ ਦੀ ਹੈ ਅਜਿਹਾ ਮਨੁੱਖ ਜਿਹਦਾ ਸਰੀਰ ਤਾਂ ਭਾਵੇਂ ਸੌਂ ਜਾਵੇ ਪਰ ਮਨ ਸਦਾ ਜਾਗਦਾ ਰਹਿੰਦਾ ਹੈ ਇੱਕ ਬਿੰਦ ਦਾ ਅਵੇਸਲਾਪਣ ਦਿਸਦੀ ਜਿੱਤ ਨੂੰ ਹਾਰ ਵਿੱਚ ਬਦਲ ਸਕਦਾ ਹੈ ਤੇ ਇਹ ਸੂਰਮਿਆਂ ਨੂੰ ਕਦੇ ਵੀ ਪ੍ਰਵਾਨ ਨਹੀਂ ਹੁੰਦਾ ਚਿੜੀਆਂ ਦੀ ਚਹਿਕ ਰੁਮਕ ਦੀ ਹਵਾ ਆਜੜੀਆਂ ਦੇ ਗੀਤਾਂ ਅਤੇ ਨਗੋਜ਼ਿਆਂ ਦੀਆਂ ਧੁਨਾਂ ਦੇ ਜਾਦੂ ਵਿੱਚੋਂ ਉਹਨੇ ਫੇਰ ਬਾਹਰ ਬੈਠੇ ਆਪਣੇ ਬਾਬੇ ਵੱਲ ਦੇਖਿਆ ਉਹਦੀ ਭੂਰੀ ਦਾੜੀ ਦਿਵਾਲੇ ਸੂਰਜ ਦੀਆਂ ਕਿਰਨਾਂ ਅਤੇ ਹੁੱਕੀ ਦਾ ਧੂਆਂ ਜਿਵੇਂ ਲੁਕਣ ਮੀਟੀ ਖੇਡ ਰਹੇ ਹੋਣ ਉਹਦੇ ਚਿਹਰੇ ਦਿਵਾਲੇ ਇੱਕ ਪਰਵਾਹ ਜਿਹਾ ਪਸਰਿਆ ਹੋਇਆ ਸੀ ਜਿਵੇਂ ਕੈਲੰਡਰਾਂ ਉੱਤੇ ਛਪੀਆਂ ਮਹਾਪੁਰਸ਼ਾਂ ਦੀਆਂ ਤਸਵੀਰਾਂ ਵਿੱਚ ਹੁੰਦਾ ਹੈ ਉਹਨੂੰ ਲੱਗਿਆ ਜਿਵੇਂ ਬਾਬਾ ਸੱਚਮੁੱਚ ਮਹਾਪੁਰਸ਼ ਹੋਵੇ ਆਜੜੀਆਂ ਦਾ ਦੇਵਤਾ ਪਰ ਦੂਜੇ ਹੀ ਪਲ ਉੱਠ ਠੰਬਰਿਆ ਉਸ ਸੋਚਿਆ ਤੇ ਇਹ ਖਿਆਲ ਝਟਕ ਦਿੱਤਾ ਇਸ ਮੁਲਕ ਵਿੱਚ ਪਹਿਲਾਂ ਵੀ ਬੜੇ ਸੂਰਮੇ ਪੈਦਾ ਹੋਏ ਸਨ ਕਿੰਨੇ ਹੀ ਮਹਾਪੁਰਸ਼ ਪਰ ਲੋਕਾਂ ਨੇ ਉਹਨਾਂ ਨੂੰ ਆਪੋ ਆਪਣੇ ਵਰਗਾਂ ਵਿੱਚ ਵੰਡ ਲਿਆ ਤੇ ਫਿਰ ਅੰਨੇ ਵਿਸ਼ਵਾਸ ਵਿੱਚ ਉਹਨਾਂ ਨੂੰ ਰੱਬ ਬਣਾ ਕੇ ਮਾਰ ਦਿੱਤਾ ਉਹਨਾਂ ਦੀਆਂ ਜ਼ਿੰਦਗੀਆਂ ਵਿੱਚੋਂ ਮਨੁੱਖੀ ਅਮਲ ਖਾਰਜ ਕਰ ਦਿੱਤੇ ਗਏ ਅਵਤਾਰ ਧਾਰਨ ਦੀ ਕਥਾ ਪਾ ਕੇ ਉਹ ਮਾਂ ਦੀਆਂ ਜਨਮ ਪੀੜਾਂ ਨੂੰ ਭੁੱਲ ਗਏ ਉਹਦੀ ਕੁੱਖ ਦੇ ਦਰਦ ਨੂੰ ਵਿਸਾਰ ਦਿੱਤਾ ਆਪਣੇ ਬਾਬੇ ਨੂੰ ਇਸ ਤਰ੍ਹਾਂ ਦਾ ਉਹ ਨਹੀਂ ਸੀ ਦੇਖਣਾ ਚਾਹੁੰਦਾ ਕਿੰਨਾ ਚੰਗਾ ਹੋਵੇ ਜੇ ਉਹ ਇਨਸਾਨ ਹੀ ਰਹੇ ਹੱਡ ਚੰਮ ਦਾ ਬੰਦਾ ਆਪਣੇ ਲੋਕਾਂ ਵਿੱਚ ਵਿਚਰਨ ਵਾਲਾ ਆਪਣੇ ਲੋਕਾਂ ਵਰਗਾ ਇੱਕ ਮਨੁੱਖ ਜਿੱਦੋਂ ਕਦੇ ਗਲਤੀ ਵੀ ਹੋ ਸਕਦੀ ਹੈ ਉਹ ਆਜੜੀ ਨੇ ਉਹਨਾਂ ਦੇ ਵਡਾਰੂ ਪਤਾ ਨਹੀਂ ਕਿਹੜੇ ਮੁਲਕ ਵਿੱਚ ਪੈਦਾ ਹੋਏ ਸਨ ਪਤਾ ਨਹੀਂ ਉਹ ਕਿਹੜੇ ਕਿਹੜੇ ਦੇਸ਼ ਵਿੱਚ ਘੁੰਮੇ ਸਨ ਅੱਜ ਇੱਥੇ ਕੱਲ ਉੱਥੇ ਪਤਾ ਨਹੀਂ ਕਿਉਂ ਉਹ ਧਰਤੀ ਦੇ ਇੱਕ ਟੁਕੜੇ ਨੂੰ ਆਪਣਾ ਬਣਾ ਕੇ ਨਹੀਂ ਬੈਠਦੇ ਉਹਨਾਂ ਦੇ ਪੈਰਾਂ 'ਚ ਚੱਕਰ ਕਿਉਂ ਹੈ ਉਹਨਾਂ ਦੇ ਨਕਸ਼ਾਂ ਵਿੱਚ ਕਿਸੇ ਇੱਕ ਕੰਮ ਦੇ ਨਿਸ਼ਾਨ ਕਿਉਂ ਨਹੀਂ ਖਾਣਾ ਬਦੋਸ਼ਾਂ ਦਾ ਕਿਹੜਾ ਮੁਲਕ ਹੈ ਨਕਸ਼ੇ ਦੀਆਂ ਕੁਝ ਗਿਣੀਆਂ ਮਿੱਥੀਆਂ ਲਕੀਰਾਂ ਵਿੱਚ ਘਿਰੀ ਹੋਈ ਧਰਤੀ ਨੂੰ ਇੱਕ ਮੁਲਕ ਕਿਉਂ ਆਖਿਆ ਜਾਂਦਾ ਹੈ ਇਹ ਸਵਾਲ ਉਹਦੇ ਮਨ ਵਿੱਚੋਂ ਸੇਕ ਵਾਂਗ ਭੱਖ ਕੇ ਉੱਠਦੇ ਰਹੇ ਤੇ ਉਹਦਾ ਮੱਥਾ ਤਪਦਾ ਰਿਹਾ ਇਹ ਕਹੀ ਤਪਸ ਸੀ ਜੋ ਮੱਥਾ ਪਾੜ ਕੇ ਬਾਹਰ ਨਹੀਂ ਸੀ ਨਿਕਲ ਰਹੀ ਉਹਨੇ ਉਦਾਸ ਹੋ ਕੇ ਬਾਹਰ ਬੈਠੇ ਆਪਣੇ ਬਾਬੇ ਵੱਲ ਫੇਰ ਦੇਖਿਆ ਤੇ ਉਹਨੂੰ ਲੱਗਿਆ ਜਿਵੇਂ ਉਹ ਕੁੱਲ ਦੁਨੀਆ ਦਾ ਬੰਦਾ ਹੋਵੇ ਸਾਰਾ ਸੰਸਾਰ ਉਹਨਾਂ ਦਾ ਆਪਣਾ ਹੋਵੇ ਉਹਨੂੰ ਯਾਦ ਆਇਆ ਜਦੋਂ ਉਹਨੂੰ ਸੰਸਦ ਭਵਨ ਵਿੱਚ ਨੌਕਰੀ ਮਿਲੀ ਸੀ ਸੰਘਰਸ਼ ਨੇ ਉੱਥੇ ਵੀ ਉਹਦਾ ਸਾਥ ਦਿੱਤਾ ਸੀ ਆਪਣੀਆਂ ਮੰਗਾਂ ਮਣਵਾਉਣ ਲਈ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ ਸੀ ਆਪਣੇ ਬਾਬੇ ਵਾਂਗ ਉਹ ਵੀ ਟਿਕਣ ਵਾਲਾ ਨਹੀਂ ਸੀ ਸੋ ਹੜਤਾਲ ਵਿੱਚ ਕੁੱਦ ਪਿਆ ਸੀ ਭਾਵੇਂ ਉਹਨਾਂ ਦੇ ਲੀਡਰ ਨੇ ਸਮਝਾਇਆ ਸੀ ਤੇ ਕਿਹਾ ਸੀ ਥੋੜੀ ਨੌਕਰੀ ਅਜੇ ਕੱਚੀ ਹੈ ਤੁਸੀਂ ਭਾਵੇਂ ਹੜਤਾਲ ਨਾ ਕਰਿਓ ਪਰ ਗੇਬੇ ਨੇ ਉੱਠ ਕੇ ਕਿਹਾ ਸੀ ਪਰ ਬੰਦੇ ਅਸੀਂ ਪੱਕੇ ਹਾਂ ਲੀਡਰ ਨੂੰ ਅਗਲੀ ਗੱਲ ਨਹੀਂ ਔੜੀ ਗੇਬੇ ਤੇ ਉਹਦੇ ਸਾਥੀਆਂ ਨੇ ਹੜਤਾਲ ਵਿੱਚ ਡਟ ਕੇ ਹਿੱਸਾ ਲਿਆ ਸੀ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਇੱਕ ਮਦਰੇ ਕੱਦ ਦਾ ਗੰਜਾ ਅਫਸਰ ਆਇਆ ਸੀ ਤੇ ਸੱਜੇ ਹੱਥ ਦੀ ਪਹਿਲੀ ਉਂਗਲ ਖੜੀ ਕਰਕੇ ਉਹਨੇ ਆਪਣੀਆਂ ਡਰਾਕਲ ਜਿਹੀਆਂ ਅੱਖਾਂ ਘੁਮਾ ਕੇ ਕਿਹਾ ਸੀ ਅੱਜ ਤੋਂ ਤੁਹਾਡੀ ਛੁੱਟੀ ਇਹ ਸੁਣ ਕੇ ਗੇਪੇ ਦੀਆਂ ਅੱਖਾਂ ਵਿੱਚ ਰੋਹ ਭਰਿਆ ਲਹੂ ਉੱਤਰ ਆਇਆ ਸੀ ਪਰ ਉਹਦਾ ਜਬਤ ਡਾਡਾ ਸੀ ਉਹਨੂੰ ਪਤਾ ਸੀ ਕਿ ਵਕਤੀ ਗੁੱਸੇ ਨੂੰ ਪੱਠੀਆਂ ਤਪਾਉਣ ਲਈ ਕਿਵੇਂ ਸਾਂਭ ਕੇ ਰੱਖੀਦਾ ਹੈ ਉਹ ਘਰਾਂ ਨੂੰ ਮੋੜ ਆਏ ਸਨ ਰਾਤੀ ਬਾਬੇ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਇਸੇ ਕਰਕੇ ਗੇਬੇ ਨੂੰ ਕੁੱਲੀ ਵਿੱਚੋਂ ਅੱਜ ਕਿਸੇ ਨੇ ਨਹੀਂ ਸੀ ਉਠਾਇਆ ਬਾਹਰ ਬੇੜੇ ਵਿੱਚ ਬੈਠਾ ਉਹਦਾ ਬਾਬਾ ਅਜੇ ਵੀ ਹੁੱਕੀ ਪੀ ਰਿਹਾ ਸੀ ਰਾਤ ਦੇ ਜਸ਼ਨ ਦੀ ਗਰਮੀ ਉਹਦੇ ਪੰਗਰ ਦੇ ਲਹੂ ਵਿੱਚ ਜਿਵੇਂ ਮਚਲ ਰਹੀ ਹੋਵੇ ਅਮਲ ਤੋਂ ਪਹਿਲਾਂ ਇਵੇਂ ਹੀ ਤਾਂ ਹੋਇਆ ਕਰਦਾ ਹੈ ਜਿਵੇਂ ਪੁਚਾਲ ਆਉਣ ਤੋਂ ਪਹਿਲਾਂ ਲਾਵਾ ਧਰਤੀ ਹੇਠ ਮਚਲਦਾ ਹੁੰਦਾ ਹੈ ਸੋ ਪਤਾ ਨਹੀਂ ਬਾਬਾ ਅੱਜ ਕਿਹੜੀ ਮਾਰ ਤੇ ਬੈਠਾ ਸੀ ਉਂਝ ਸੰਸਦ ਭਵਨ ਦੀ ਨੌਕਰੀ ਉਹਨੂੰ ਬਹੁਤ ਜਚੀ ਨਹੀਂ ਸੀ ਉੱਥੇ ਰੋਲਾ ਕੁਝ ਜ਼ਿਆਦਾ ਹੀ ਉੱਚਾ ਹੋ ਜਾਂਦਾ ਸੀ ਇੰਨਾ ਉੱਚਾ ਕਿ ਆਮ ਆਦਮੀ ਦੀ ਆਵਾਜ਼ ਉਹਦੇ ਵਿੱਚ ਡੁੱਬ ਕੇ ਰਹਿ ਜਾਂਦੀ ਸੀ ਉੱਥੇ ਜਾ ਕੇ ਮਨੁੱਖਾਂ ਦੀ ਬੋਲੀ ਵਿੱਚ ਫਰਕ ਕਿਉਂ ਪੈ ਜਾਂਦਾ ਹੈ ਉਹ ਕਦੇ-ਕਦੇ ਸੋਚਣ ਲੱਗ ਪੈਂਦਾ ਇੱਕ ਦਿਨ ਆਪਣੇ ਬਾਬੇ ਨੂੰ ਵੀ ਉਹ ਸੰਸਦ ਭਵਨ ਲੈ ਗਿਆ ਉਹ ਦਿਨ ਕੋਈ ਬੜਾ ਭਾਰੀ ਜਸ਼ਨ ਸੀ ਸ਼ਾਇਦ ਉਹਦਾ ਬਾਬਾ ਗੈਲਰੀ ਵਿੱਚ ਬੈਠਾ ਕੁਝ ਚਿਰ ਸੁਣਦਾ ਰਿਹਾ ਫਿਰ ਉਹਨੂੰ ਜਿਵੇਂ ਅਚਮੀ ਜਹੀ ਲੱਗੀ ਤੇ ਉਹ ਉੱਠ ਕੇ ਬਾਹਰ ਤੁਰ ਆਇਆ ਅਖੇ ਇੱਥੋਂ ਤਾਂ ਮੈਨੂੰ ਬਗਿਆੜਾਂ ਦੀ ਮੁਸ਼ਕ ਆਉਂਦੀ ਹੈ ਇਹ ਸੁਣ ਕੇ ਗੇਬਾ ਕਿੰਦਾ ਚਰੀ ਹੱਸਦਾ ਰਿਹਾ ਹੈਰਾਨ ਵੀ ਹੋਇਆ ਕਿ ਆਜੜੀ ਦਾ ਨੱਕ ਕਿੰਨਾ ਤਿੱਖਾ ਹੁੰਦਾ ਹੈ ਬਾਬਾ ਆਜੜੀ ਸੀ ਤੇ ਕੋਹਾਂ ਤੋਂ ਬਗਿਆੜਾਂ ਦੀ ਬੋ ਸੁੰਗ ਲੈਂਦਾ ਸੀ ਰਾਤ ਜਦੋਂ ਆਪਣੇ ਸਾਥੀਆਂ ਨਾਲ ਵਾੜੇ 'ਚ ਵੜਿਆ ਸੀ ਤਾਂ ਜਸ਼ਨ ਜਾਰੀ ਸੀ ਵਾੜੇ ਦੇ ਗੱਬੇ ਧੂਣੀ ਬਲ ਰਹੀ ਸੀ ਸਾਰੇ ਮਰਦ ਔਰਤਾਂ ਧੂਣੀ ਦਿਵਾਲੇ ਬੈਠੇ ਪੱਠੀ ਦੀ ਸ਼ਰਾਬ ਪੀ ਰਹੇ ਸਨ ਬਗਿਆੜ ਮਾਰਿਆ ਹੋਣਾ ਇਸ ਕਰਕੇ ਉਹਨੇ ਆਪਣੇ ਸਾਥੀਆਂ ਨੂੰ ਦੱਸਿਆ ਉਹ ਸਮਝ ਗਏ ਸਨ ਬਗਿਆੜ ਉਹਨਾਂ ਦਾ ਦੁਸ਼ਮਣ ਸੀ ਰਾਤ ਬਰਾਤ ਤੇ ਅਚਾਨਕ ਹਮਲਾ ਕਰਕੇ ਉਹ ਉਹਨਾਂ ਦੀਆਂ ਭੇਡਾਂ ਬੱਕਰੀਆਂ ਪਾੜ ਜਾਂਦਾ ਸੀ ਉਹ ਸੂ ਰੱਖਦੇ ਸਨ ਜਦੋਂ ਬਗਿਆੜ ਮਾਰ ਲੈਂਦੇ ਤਾਂ ਕਬੀਲੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਰਾਤੀ ਜਸ਼ਨ ਮਨਾਇਆ ਜਾਂਦਾ ਬਾਬੇ ਨੇ ਚਾਂਗਰ ਮਾਰ ਕੇ ਉਹਨਾਂ ਦਾ ਸਵਾਗਤ ਕੀਤਾ ਉਹਦੇ ਸਾਥੀ ਪਿਛਲੇ ਪੈਰੀ ਮੁੜਨ ਲੱਗੇ ਤਾਂ ਬਾਬੇ ਨੇ ਮੂਹਰ ਦੀ ਹੋ ਕੇ ਉਹਨਾਂ ਨੂੰ ਘੇਰ ਲਿਆ ਤੁਸੀਂ ਕੋਈ ਉਪਰੇ ਹੋ ਜਿਹੇ ਗੇਬੇ ਦੇ ਸਾਥੀ ਤੇਹੇ ਸਾਡੇ ਬਾਬੇ ਨੇ ਮੋਚ ਆ ਕੇ ਉਹਨਾਂ ਨੂੰ ਵਾਰੋ ਵਾਰੀ ਚੁੰਮਿਆ ਸੀ ਉਹਨਾਂ ਦੀਆਂ ਪਿੱਠਾਂ ਥਾਪੜੀਆਂ ਸਨ ਮੋੜ ਮੋੜ ਉਹਨਾਂ ਨੂੰ ਜੱਫੀਆਂ ਪਾਉਂਦਾ ਰਿਹਾ ਰਾਤੀ ਬਾਬਾ ਉਹਨੂੰ ਹੋਰ ਵੀ ਚੰਗਾ ਚੰਗਾ ਲੱਗਿਆ ਪਹਿਲਾਂ ਉਹਨੇ ਕਦੇ ਵੀ ਕਬੀਲੇ ਦੇ ਜਸ਼ਨ ਵਿੱਚ ਬਾਹਰ ਦੇ ਬੰਦਿਆਂ ਨੂੰ ਨਹੀਂ ਸੀ ਆਉਣ ਦਿੱਤਾ ਰਾਤ ਉਹ ਪੂਰੇ ਲੋਰ ਵਿੱਚ ਸੀ ਦੌਰ ਫਿਰ ਸ਼ੁਰੂ ਹੋ ਚੁੱਕਿਆ ਸੀ ਰਾਤ ਸਾਰੀ ਰਾਤ ਬਾੜੇ ਵਿੱਚ ਢੋਲਕੀ ਵੱਜਦੀ ਰਹੀ ਮਰਦ ਔਰਤਾਂ ਬਾਹਾਂ 'ਚ ਬਾਹਾਂ ਪਾ ਕੇ ਨੱਚਦੇ ਰਹੇ ਬੋਲੀਆਂ ਪਾਉਂਦੇ ਰਹੇ ਹੇਰੀਆਂ ਲਾਉਂਦੇ ਰਹੇ ਲੰਬੀਆਂ ਲੰਬੀਆਂ ਹੇਕਾਂ ਕੱਢ ਕੇ ਕਬੀਲੇ ਦੇ ਮਰਦ ਜਦੋਂ ਹੇਰੀ ਲਾਉਂਦੇ ਤਾਂ ਅਸਮਾਨ ਜਿਵੇਂ ਗੂੰਜ ਉੱਠਦਾ ਗੇਬੇ ਦਾ ਇੱਕ ਸਾਥੀ ਸ਼ਰਾਬ ਦੇ ਨਸ਼ੇ ਵਿੱਚ ਕੁਝ ਜਜ਼ਬਾਤੀ ਹੋ ਗਿਆ ਸੀ ਤੇ ਬਾਬੇ ਦੇ ਕੰਨ ਵਿੱਚ ਸਾਰੀ ਗੱਲ ਦੱਸ ਦਿੱਤੀ ਸੁਣ ਕੇ ਬਾਬੇ ਨੇ ਸੰਸਦ ਭਵਨ ਵੱਲ ਰੋਹ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਆਪਣਾ ਸਿਰ ਝਟਕਾ ਦਿੱਤਾ ਉਹਦੇ ਕੰਨਾਂ ਵਿੱਚ ਪਈਆਂ ਨਤੀਟਾਂ ਜਿਵੇਂ ਤੜ ਫੁੱਟੀਆਂ ਉਹ ਇੱਕੋ ਝਟਕੇ ਨਾਲ ਛਾਲ ਮਾਰ ਕੇ ਉੱਠ ਖੜਾ ਹੋਇਆ ਉਹਨੇ ਧੂਣੀ ਦਿਵਾਲੇ ਢੇੜਾ ਕੱਢਿਆ ਜਿਵੇਂ ਆਪਣੇ ਲੋਕਾਂ ਨੂੰ ਹਾੜ ਰਿਹਾ ਹੋਵੇ ਫਿਰ ਉਹਨਾਂ ਵੱਲ ਉਂਗਲ ਖੜੀ ਕਰਕੇ ਲਲਕਾਰਾ ਮਾਰਿਆ ਮੁੰਡਿਓ ਚੇਤਨ ਹੋ ਕੇ ਰਹੋ ਆਪਾਂ ਬਗਿਆੜਾਂ ਨੂੰ ਮਾਰ ਕੇ ਹੀ ਦਮ ਲੈਣਾ ਕਹਿ ਕੇ ਉਹ ਇੰਨਾ ਨੱਚਿਆ ਇੰਨਾ ਨੱਚਿਆ ਕਿ ਉਹਦੇ ਪੈਰਾਂ ਹੇਠ ਧਰਤੀ ਕੰਬਣ ਲੱਗ ਪਈ ਗੇਬੇ ਦੇ ਸਾਥੀ ਹੱਸਦੇ ਹੱਸਦੇ ਵਾਪਸ ਚਲੇ ਗਏ ਉਹਨਾਂ ਲਈ ਜਿਵੇਂ ਇਹ ਆਜੜੀਆਂ ਦੀ ਗੱਲ ਸੀ ਉਹਨੇ ਉੱਠ ਕੇ ਅੰਗੜਾਈ ਲਈ ਖੁੰਝੇ ਵਿੱਚ ਪਈ ਡਾਂਗ ਨੂੰ ਘੂਰ ਕੇ ਦੇਖਿਆ ਤੇ ਫਿਰ ਸੋਚਣ ਲੱਗਾ ਉਹਦੇ ਸਾਥੀ ਆਉਣ ਵਾਲੇ ਸਨ ਜਦੋਂ ਆਉਣਗੇ ਤਾਂ ਉਹ ਉਹਨਾਂ ਨੂੰ ਦੱਸੇਗਾ ਕਿ ਉਹਦੇ ਬਾਬੇ ਦੀ ਵੰਗਾਰ ਕੇਵਲ ਅਜੜੀਆਂ ਲਈ ਨਹੀਂ ਸੀ